नेचुरल विजन सेंटर पटियाला। ਬਾਜੀ ਤੁਸੀਂ ਕਿੱਥੋਂ ਆਏ ਹੋ? ਲੁਧਿਆਣੇ ਤੋਂ ਆਇਆ ਜੀ। ਲੁਧਿਆਣੇ ਤੋਂ ਆਏ ਹੋ, ਅੱਜ ਕਿੰਨੀ ਵਾਰ ਆਏ ਹੋ ਤੁਸੀਂ? ਮੈਂ ਅੱਜ ਦੂਸਰੀ ਵਾਰ ਆਇਆ ਹਾਂ। ਤੁਸੀਂ ਦੂਜੀ ਵਾਰ ਆਏ ਹੋ, ਤੁਹਾਨੂੰ ਕੀ ਸਮੱਸਿਆ ਸੀ? ਮੈਨੂੰ 3 ਮਹੀਨੇ ਪਹਿਲਾਂ ਸ਼ੂਗਰ ਕਾਰਨ ਮੇਰੀ ਅੱਖ 'ਚ ਬਲੱਡ ਆ ਗਿਆ ਸੀ ਔਰ ਇਸ ਅੱਖ ਦੀ ਦਿਗਾ 30% ਰਹਿ ਗਈ ਸੀ। ਤਾਂ ਜਦੋਂ ਮੈਂ ਇਹਨਾਂ ਕੋਲ ਆਇਆ ਤਾਂ ਇਹਨਾਂ ਨੇ ਪਹਿਲਾਂ 20 ਮਿੰਟ ਦਵਾਈ ਪਾਈ। ਸ਼ੂਗਰ ਕਰਕੇ ਤੁਹਾਡੀ ਇੱਕ ਅੱਖ ਦੀ ਨਿਗਾਹ ਚਲੀ ਗਈ ਸੀ, ਖੱਬੀ ਅੱਖ ਦੀ, ਸੱਜੀ ਦੀ ਨਿਗਾਹ ਚਲੀ ਗਈ ਸੀ ਸ਼ੂਗਰ ਕਰਕੇ। ਤਾਂ ਤੁਸੀਂ ਦੂਜੇ ਵਾਰ ਆਏ ਹੋ ਹੁਣ? ਤਾਂ ਜਿਹੜੀ ਅੱਖ ਡੈੱਡ ਹੋ ਗਈ ਸੀ ਇਹ 20% ਚੱਲ ਪਈ ਆ ਔਰ ਜਿਹੜੀ ਅੱਖ 30% ਸੀ ਅੱਜ 80% ਉਹਦੀ ਨਿਗਾਹ ਸਹੀ ਹੋ ਗਈ ਮੇਰੀ। ਔਰ ਮੈਂ ਲੁਧਿਆਣੇ ਤੋਂ ਖੁਦ ਡਰਾਈਵ ਕਰਕੇ ਆਇਆ ਇੱਥੇ। ਪਹਿਲੇ ਦਿਨ ਸਾਨੂੰ ਕੋਈ ਲੈ ਕੇ ਆਇਆ ਸੀ? ਦੇਖੋ ਪਹਿਲੇ ਦਿਨ ਕੋਈ ਲੈ ਕੇ ਆਇਆ ਸੀ, ਡਰਾਈਵਰ ਨਾਲ ਆਇਆ ਸੀ। ਜਦੋਂ ਬਾਈ ਜੀ ਹੋਰੀ ਦੂਜੀ ਵਾਰ ਆਏ ਤਾਂ ਲੁਧਿਆਣੇ ਤੋਂ ਖੁਦ ਇਹ ਗੱਡੀ ਆਪਣੀ ਡਰਾਈਵ ਕਰਕੇ ਆਏ, ਇੱਦਾਂ ਹੀ ਗੱਲ? ਹਾਂਜੀ ਹਾਂਜੀ, ਮੈਂ ਹੁਣ ਗੱਡੀ ਬਾਹਰ ਖੜੀ ਆ, ਹੁਣ ਵਾਪਸ ਮੈਂ ਆਪੇ ਡਰਾਈਵ ਕਰਕੇ ਜਾਵਾਂਗਾ, ਨਾਲ ਵਾਈਫਾਈ ਮੇਰੀ, ਤਾਂ ਉਹ ਗੱਡੀ 'ਚ ਬੈਠੇ ਆ। 1 ਮਹੀਨੇ ਦੇ ਜਾਣੀ ਕਿ ਮੈਨੂੰ ਕਾਫੀ ਫਰਕ ਪੈ ਗਿਆ। ਪਤਾ ਕਿਵੇਂ ਲੱਗਿਆ ਡਾਕਟਰ ਵਿਰਕ ਬਾਰੇ? ਇਹਨਾਂ ਦਾ ਯੂਟਿਊਬ 'ਤੇ 1-2 ਚੈਨਲ ਦੇਖੇ ਇਹਨਾਂ ਦੇ। ਹਾਂਜੀ, ਯੂਟਿਊਬ ਦੇਖ ਕੇ ਇਹਨਾਂ ਕੋਲ ਆਇਆ ਮੈਂ, ਤਾਂ ਤਕਰੀਬਨ 15 ਦਿਨ ਬਾਅਦ ਮੈਨੂੰ ਅਸਰ ਦਿਖਣ ਲੱਗ ਪਏ ਵੀ ਦਵਾਈ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਤੁਸੀਂ ਹੋਰ ਵੀ ਕਿਤੇ ਇਲਾਜ ਕਰਵਾਇਆ ਸੀ? ਪਹਿਲਾਂ ਮੈਂ ਇਹਦਾ ਲੇਜ਼ਰ ਕਰਾਇਆ ਔਰ ਇੰਜੈਕਸ਼ਨ ਵਗੈਰਾ ਲੱਗਿਆ, 1 ਲੱਖ ਰੁਪਇਆ, ਉਹਨਾਂ ਸਮਾਂ ਕਿ ਡੈੱਡ ਹੋ ਗਈ ਅੱਖ। ਡੈੱਡ ਹੋ ਗਈ ਅੱਖ? ਹਾਂ। ਉਸ ਇਲਾਜ ਦੇ ਨਾਲ ਹੋਰ ਅੱਖ ਦਾ ਨੁਕਸਾਨ ਹੋ ਗਿਆ? ਪਹਿਲਾਂ ਕੁਛ ਦਿਖ ਰਿਹਾ ਸੀਗਾ ਪਰ ਲੇਜ਼ਰ ਦੇ ਨਾਲ ਉਹ ਡੈੱਡ ਹੋ ਗਈ ਮੇਰੀ ਅੱਖ। ਤਾਂ ਜਦੋਂ ਇਹਨਾਂ ਦੀ ਦਵਾਈ ਲਈ ਹੁਣ ਤਕਰੀਬਨ 20% ਇਹ ਅੱਖ ਸਹੀ ਹੋ ਗਈ ਆ ਔਰ ਲੈਫਟ ਵਾਲੀ ਤਕਰੀਬਨ 80% ਤੇ ਉਹਦੀ ਨਿਗਾਹ ਵੱਧ ਗਈ। ਸਿਰਫ ਦੂਜੇ ਵਾਰ ਆਉਣ ਦੇ ਵਿੱਚ ਇੰਨਾ ਫਰਕ ਹੈ? 1 ਮਹੀਨੇ ਬਾਅਦ ਤੁਸੀਂ ਦੂਜੀ ਵਾਰ ਆਏ, 1 ਮਹੀਨਾ ਤੁਸੀਂ ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਉਦੋਂ ਤੁਸੀਂ ਦਵਾਈ ਲੈਂਦੇ ਰਹੇ, 1 ਮਹੀਨੇ ਬਾਅਦ ਤੁਸੀਂ ਦੁਬਾਰੇ ਆਏ ਹੋ? ਮੇਰੇ ਸ਼ਾਮ ਦਵਾਈ ਪਾਉਣਾ ਉਹ ਕੁਛ ਖਾਣ ਦੀ ਦਵਾਈ ਆ, ਤਾਂ ਉਹਨਾਂ ਕਾਫੀ ਫਰਕ ਆ। ਇਲਾਜ ਕਿਵੇਂ ਕਿਵੇਂ ਇਲਾਜ ਚੱਲਿਆ? ਇਲਾਜ ਨੋਰਮਲ ਹੈ, ਇਹਨਾਂ ਨੇ ਅੱਖਾਂ 'ਚ ਪਾਉਣ ਨੂੰ ਦਵਾਈ ਦਿੱਤੀ, 2 ਟਾਈਮ ਦਵਾਈ ਪਾਉਣੀ ਆ, ਅੱਖਾਂ 'ਚ ਪਾਉਣ ਨੂੰ ਦਵਾਈ ਦਿੱਤੀ, ਹਾਂ, ਔਰ ਇੱਕ ਪਾਊਡਰ ਉਹ ਸਵੇਰੇ ਸ਼ਾਮ ਉਹ ਖਾਣਾ, ਬਸ ਹੋਰ ਕੋਈ ਦਵਾਈ ਨਹੀਂ ਇਹਨਾਂ ਦੀ। ਤਾਂ ਉਹਦੇ ਨਾਲ ਕਾਫੀ ਇੰਪਰੂਵਮੈਂਟ ਆ ਮੈਨੂੰ। ਸ਼ੂਗਰ ਕਰਕੇ ਅੱਖਾਂ ਦੇ ਵਿੱਚ ਲਹੂ ਆ ਗਿਆ ਸੀ ਤੇ ਰੋਸ਼ਨੀ ਚਲੀ ਗਈ ਸੀ ਅੱਖਾਂ ਦੀ। ਬਾਈ ਜੀ ਕਹਿੰਦੇ ਕਿ ਲੁਧਿਆਣਾ ਤੋਂ ਆਏ ਆ, ਪਹਿਲੇ ਦਿਨ ਅਸੀਂ ਡਰਾਈਵਰ ਲੈ ਕੇ ਆਇਆ ਸੀ ਮੈਨੂੰ ਤੇ ਹੁਣ ਮੈਂ ਖੁਦ ਗੱਡੀ ਚਲਾ ਕੇ ਆਇਆ, ਇੰਨਾ ਫਰਕ ਸਿਰਫ 1 ਮਹੀਨੇ ਤੇ ਦੂਜੇ ਗੇੜੇ ਦੇ ਵਿੱਚ ਹੈ। ਜਿਵੇਂ ਪਹਿਲਾਂ ਬਜ਼ੁਰਗ ਨੇ ਦੱਸਿਆ ਸੀ ਕਿ ਪਹਿਲੇ ਦਿਨ ਆਏ ਉਦੋਂ ਟੈਸਟ ਕਰਵਾਏ ਗਏ, ਦੂਜੇ ਗੇੜ ਦੇ ਵਿੱਚ ਸਾਡਾ ਇਲਾਜ ਸ਼ੁਰੂ ਹੋਇਆ ਤੇ ਅੱਜ ਅਸੀਂ ਇੱਥੇ ਬੈਠੇ ਹਾਂ। ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਤਨਜੀਤ ਸਿੰਘ ਜੀ। ਤਨਜੀਤ ਸਿੰਘ, ਕੀ ਤੁਹਾਨੂੰ ਪ੍ਰੋਬਲਮ ਸੀ? ਮੈਨੂੰ ਅੱਖਾਂ ਤੋਂ ਥੋੜਾ ਕੰਮ ਦਿਖਣ ਲੱਗ ਪਿਆ ਸੀ। ਅੱਖਾਂ ਤੋਂ ਤੁਹਾਨੂੰ ਘੱਟ ਦਿਖਦਾ ਸੀ ਤੇ ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 70 ਸਾਲ ਦੇ ਲਗਭਗ ਆ। 70 ਸਾਲ ਦੇ ਤੁਹਾਨੂੰ ਇਹ ਪਰ ਉਮਰ ਤੁਹਾਡੀ 70 ਸਾਲ, ਅੱਖਾਂ ਦੀ ਰੋਸ਼ਨੀ 'ਚ ਤੁਹਾਨੂੰ ਦਿੱਕਤ ਕਦੋਂ ਆਈ ਜਦੋਂ ਘਟਣ ਲੱਗੀ ਰੋਸ਼ਨੀ? ਅੱਖਾਂ ਦੀ ਰੋਸ਼ਨੀ ਤੇ ਹੋ ਗਏ 5-7 ਸਾਲ ਤੋਂ ਘਟਣੀ ਸ਼ੁਰੂ ਹੋ ਗਈ ਸੀਗੀ। 5-7 ਸਾਲ ਤੋਂ ਅੱਖਾਂ ਦੀ ਰੋਸ਼ਨੀ? ਹਾਂਜੀ ਹਾਂਜੀ ਹਾਂਜੀ। ਤੇ ਹੁਣ ਕਿਵੇਂ ਹੋ? ਹੁਣ ਅੱਜ ਅਸੀਂ ਦੂਜੀ ਵਾਰੀ ਆਏ ਆ, ਪਹਿਲੀ ਵਾਰੀ ਆਏ ਸੀ ਉਧਰ ਪਰਸੋਂ। ਤੁਸੀਂ ਦੂਜੀ ਵਾਰੀ ਆਏ? ਹਾਂਜੀ ਉਧਰ। ਤੁਸੀਂ ਦੂਜੀ ਵਾਰ ਆਏ ਹੋ, ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਉਦੋਂ ਕੀ ਟ੍ਰੀਟਮੈਂਟ ਚੱਲਿਆ ਸੀ? ਉਧਰ ਤੇ ਸਾਡਾ ਸਿਰਫ ਟੈਸਟ ਕਰਾਇਆ ਸੀਗਾ। ਉਦੋਂ ਟੈਸਟ ਹੋਏ ਸੀ ਤੇ ਅੱਜ? ਅੱਜ ਅੱਖਾਂ ਦੇ ਵਿੱਚ ਇਹਨਾਂ ਨੇ ਦਾਰੂ ਪਾਏ ਨੇ। ਅੱਜ ਦਵਾ ਦਾਰੂ ਦਿੱਤੀ ਗਈ। ਡਾਕਟਰ ਵਿਰਕ, ਜਿਵੇਂ ਇਸ ਗੱਲ ਦਾ ਉਹ ਦਾਅਵਾ ਕਰਦੇ ਨੇ ਕਿ ਜੋ ਸਾਡੇ ਮਰੀਜ਼ ਆਉਂਦਾ ਸਾਡੇ ਇੱਥੇ ਇਲਾਜ ਕਰਾਉਣ ਆਪਣਾ, 20 ਮਿੰਟਾਂ ਦੇ ਵਿੱਚ ਉਹਨਾਂ ਨੂੰ ਫਰਕ ਦਿਖਦਾ ਤੇ ਤੁਹਾਨੂੰ ਇੱਥੋਂ 20 ਮਿੰਟ ਤੋਂ ਜ਼ਿਆਦਾ ਸਮਾਂ ਹੋ ਗਿਆ ਬੈਠੇ ਨੂੰ, ਦਵਾ ਤੁਸੀਂ ਲੈ ਲਈ, ਕੋਈ ਫਰਕ ਲੱਗਿਆ? 20 ਮਿੰਟਾਂ ਦੇ ਵਿੱਚ ਦਾਰੂ ਪਾਉਣ ਤੋਂ 20 ਮਿੰਟਾਂ ਦੇ ਬਾਅਦ ਅੱਖਾਂ 'ਚ ਕਾਫੀ ਰੋਸ਼ਨੀ ਦਾ ਫਰਕ ਪੈ ਗਿਆ। ਕਾਫੀ ਫਰਕ ਪੈ ਗਿਆ? ਹਾਂਜੀ ਹਾਂਜੀ, ਕਾਫੀ ਸਾਫ਼ ਦਿਸਣ ਲੱਗ ਪਿਆ ਸੀਗਾ 20 ਮਿੰਟਾਂ ਦੇ ਵਿੱਚ ਹੀ। ਦੇਖੋ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਕਿ 20 ਮਿੰਟਾਂ ਦੇ ਵਿੱਚ ਹੀ ਸਾਡੀ ਦਵਾਈ ਦਾ ਅਸਰ ਦਿਖਦਾ। ਬਜ਼ੁਰਗ ਸਾਡੇ ਨਾਲ ਬੈਠੇ ਨੇ, 75 ਸਾਲ ਉਮਰ ਹੈ, 5-6 ਸਾਲ ਤੋਂ ਇਹਨਾਂ ਨੂੰ ਪ੍ਰੋਬਲਮ ਸੀ। ਇੱਕ ਦਿਨ ਪਹਿਲਾਂ ਆਏ ਸੀ ਉਦੋਂ ਕਹਿੰਦੇ ਕਿ ਸਾਡੇ ਟੈਸਟ ਵਗੈਰਾ ਹੋਏ ਸੀ ਤੇ ਅੱਜ ਅਸੀਂ ਦੂਜੀ ਵਾਰ ਆਏ, ਅਸੀਂ ਦਵਾ ਲਈ, ਡਾਕਟਰ ਸਾਹਿਬ ਦੇ ਕਹਿਣ ਅਨੁਸਾਰ 20 ਮਿੰਟ ਦੇ ਵਿੱਚ ਹੀ ਫਰਕ ਲੱਗ ਰਿਹਾ ਤੁਹਾਨੂੰ? ਬਿਲਕੁਲ, ਅੱਗੇ ਹੁਣ ਦੇਖਦੇ ਹਾਂ, ਦੁਬਾਰਾ ਫਿਰ ਟੈਸਟ ਕਰਾਵਾਂਗੇ, ਫਿਰ ਦੁਬਾਰਾ ਚੈੱਕ ਕਰਾਵਾਂਗੇ, ਜੇ ਫਰਕ ਪਿਆ ਤਾਂ ਫਿਰ ਦੁਬਾਰਾ ਦਵਾਈ ਲਵਾਂਗੇ। ਪਰ ਫਰਕ ਤਾਂ ਤੁਹਾਨੂੰ ਹੁਣੇ ਲੱਗ ਰਿਹਾ? ਫਰਕ ਤਾਂ ਪੈ ਗਿਆ ਨਾ, ਹੁਣ ਤਾਂ ਪੈ ਗਿਆ ਨਾ ਫਰਕ, ਹੌਲੀ ਹੌਲੀ ਜ਼ਿਆਦਾ ਫਰਕ ਪਏਗਾ ਤਾਂ ਫਿਰ ਪਤਾ ਲੱਗੀ ਜਾਏਗਾ ਕਿੰਨਾ। ਪਰ ਅਸਰ ਤੁਹਾਨੂੰ 20 ਮਿੰਟ 'ਚ ਜ਼ਰੂਰ ਦਿਖਦਾ। ਨਾਲ ਇੱਕ ਬਜ਼ੁਰਗ ਹੋਰ ਨੇ, ਬਜ਼ੁਰਗ ਤੁਸੀਂ ਕਿੱਥੋਂ ਆਏ ਹੋ? ਰਾਮਪੁਰਾ ਬਿਲਕੁਲ ਬਾਲਿਆਂ ਵਾਲੀ ਪਿੰਡ ਹੈ ਜੀ। ਬਾਲੀ ਦੂਰ ਤੋਂ ਆਏ ਹੋ ਤੁਸੀਂ? ਹਾਂਜੀ। ਪਤਾ ਕਿਵੇਂ ਲੱਗਿਆ ਸੀ ਇੱਥੋਂ ਦਾ? ਇਹ ਮੈਂ ਯੂਟਿਊਬ 'ਤੇ ਦੇਖਿਆ ਜੀ, ਪਹਿਲੇ ਯੂਟਿਊਬ 'ਤੇ ਦੇਖਿਆ।
दिक्कत की सी? मेरे इधर काला मोतिया सी, इधर नेगा वो कट सी। एक अख दे विच थोड़े काला मोतिया सी, दूजी अख दे विच थोड़े निगाह कट गई सी, ते हुण किवें हो? हुण अग्गे नाल बहुत फर्क है जी। ते किन्ना क समय तो तुसी इत्थे इलाज करवा रहे हो? मैं दूजी वार आया जी। दूजी वार आए? दूजी वार। ते पहला किन्ना समा पहला आए सी? पहला मैं 10 महीने च 28-29 तारीक नूं। ਥੋੜੇ ਸਮੇਂ ਦੇ ਵਿੱਚ ਐਡਾ ਵੱਡਾ ਅੰਤਰ, ਐਡਾ ਵੱਡਾ ਫਰਕ। ਦੇਖੋ ਬਜ਼ੁਰਗਾਂ ਦਾ ਕਹਿਣਾ, ਇੱਕ ਤਾਂ ਰਾਮਪੁਰਾ ਫੂਲ ਤੋਂ ਚੱਲ ਕੇ ਪਟਿਆਲੇ ਆਏ ਨੇ, ਅਸਰ ਦਿਖਿਆ, ਇਸੇ ਕਰਕੇ ਦੂਜੀ ਵਾਰ ਆਏ ਨੇ। ਕਹਿੰਦੇ ਕਿ ਇੱਕ ਅੱਖ ਦੀ ਨਿਗਾਹ ਚਲੀ ਗਈ ਸੀ, ਦੂਜੀ ਅੱਖ ਦੇ ਵਿੱਚ ਵੀ ਪ੍ਰੋਬਲਮ ਤੁਹਾਨੂੰ ਦੱਸੀ ਗਈ। ਜਦੋਂ ਤੁਸੀਂ ਪਹਿਲੀ ਵਾਰ ਆਏ ਸੀ, ਉਦੋਂ ਕੀ ਸੋਚ ਕੇ ਆਏ ਸੀ, ਕੀ ਲੱਗਿਆ ਸੀ? ਕਿਉਂਕਿ ਇਲਾਜ ਤੁਸੀਂ ਹੋਰ ਥਾਂ 'ਤੇ ਵੀ ਕਰਵਾਏ ਹੋਣੇ, ਜੇਕਰ ਉੱਥੋਂ ਨਹੀਂ ਇਲਾਜ ਹੋ ਪਾਇਆ ਤਾਂ ਉਦੋਂ ਫਿਰ ਤੁਸੀਂ ਇੱਥੇ ਆਏ? ਇੱਥੇ ਵਧੀਆ ਲੱਗਿਆ ਜੀ। ਵਧੀਆ ਲੱਗਿਆ ਤੇ ਅਸਰ ਹੁਣ ਵਾਵਾ? ਹੁਣ ਅਸਰ ਬਹੁਤ ਆ ਜੀ ਅੱਗੇ। ਟ੍ਰੀਟਮੈਂਟ ਕੀ ਚੱਲਿਆ ਸੀ? ਟ੍ਰੀਟਮੈਂਟ ਤਾਂ ਦਵਾਈ ਉਹਨਾਂ ਨੇ ਖਾਣ ਨੂੰ ਦਿੱਤੀ ਸੀ ਜਾਂ ਅੱਖ 'ਚ ਪਾਉਣ ਨੂੰ ਜੀ, ਨਾਲ ਮੈਨੂੰ ਸ਼ੂਗਰ ਵੀ ਹੈ ਨਾ, ਉਹ ਮਤਲਬ ਦੂਜੀ ਸ਼ੂਗਰ ਦੀ ਦਵਾਈ ਸੀਗੀ ਪੀਣ ਦੀ ਵਾਲੀਆਂ ਦੀ ਸੀ। ਫਰਕ ਹੈ ਤੁਹਾਨੂੰ ਜ਼ਰੂਰ ਕਹਿਣਾ ਕਿ ਹੁਣ ਕਾਫੀ ਫਰਕ ਹੈ, ਦੂਜੀ ਵਾਰ ਹੀ ਆਏ ਸੀ, ਇੰਨੇ 'ਚ ਸਾਨੂੰ ਫਰਕ ਦਿਖਾਈ ਦਿੰਦਾ। ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਂਦੇ ਹਾਂ ਤੁਹਾਨੂੰ, ਆਜੋ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਵਿਰਕ ਸਾਹਿਬ, ਅਸੀਂ ਗੱਲਬਾਤ ਕਰ ਰਹੇ ਸੀ ਮਰੀਜ਼ਾਂ ਦੇ ਨਾਲ, ਉਹ ਕਹਿੰਦੇ ਵੀ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਕਿ 20 ਮਿੰਟ ਦੇ ਵਿੱਚ ਅਸਰ, ਉਹ ਕਹਿੰਦੇ ਵੀ ਹਾਂ 20 ਮਿੰਟ ਦੇ ਵਿੱਚ ਅਸਰ ਜ਼ਰੂਰ ਹੈ ਜੀ। ਬਿਲਕੁਲ, ਅਸੀਂ ਜੋ ਸਾਡੇ ਬਜ਼ੁਰਗ ਜੋ ਅਸੀਂ ਮਿਹਨਤ ਕਰਦੇ ਹਾਂ, ਮਾਲਕ ਉਸ ਨੂੰ ਭਾਗ ਲਾਉਂਦੇ ਨੇ, ਅਤੇ ਹਰ ਮਰੀਜ਼ ਨੂੰ ਜਿਸ ਮਰੀਜ਼ ਨੇ ਠੀਕ ਹੋਣਾ ਹੁੰਦਾ, ਕੁਛ ਮਰੀਜ਼ ਹੁੰਦੇ ਠੀਕ ਨਹੀਂ ਹੋਣ ਵਾਲੇ ਹੁੰਦੇ, ਜੇ ਮੰਨ ਲਓ ਕਿਸੇ ਦੀ ਆਪਟਿਕ ਨਰਵ ਖਤਮ ਹੋ ਚੁੱਕੀ ਹੈ ਜਾਂ ਕੋਈ ਬਿਲਕੁਲ 100% ਡੈਡ ਹੋ ਚੁੱਕਾ ਕਈ ਕਈ ਸਾਲਾਂ ਤੋਂ, ਉਹ ਤਾਂ ਅਲੱਗ ਗੱਲ ਆ, ਬਟ ਜਿਸ ਮਰੀਜ਼ ਨੇ ਠੀਕ ਹੋਣਾ ਪਹਿਲੇ ਹੀ ਦਿਨ ਤੋਂ ਆਰਾਮ ਆਉਣਾ ਸ਼ੁਰੂ ਹੋ ਜਾਂਦਾ। ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੂੰ? ਇਸ ਕਿੱਤੇ ਨਾਲ ਬਚਪਨ ਤੋਂ ਜੁੜੇ ਹੋਏ ਹਾਂ ਜੀ। ਹਾਂਜੀ ਹਾਂ, ਮੇਰੇ ਫਾਦਰ ਸਾਹਿਬ ਸੀ ਪਹਿਲਾਂ, ਮੇਰੇ ਦਾਦਾ ਸਾਹਿਬ ਸੀ ਪਾਕਿਸਤਾਨ ਤੋਂ, ਅਤੇ ਉੱਥੋਂ ਮੇਰੇ ਬ੍ਰਦਰ ਡਾਕਟਰ ਸੀ ਇਸ ਤੋਂ ਪਹਿਲਾਂ, ਫਿਰ ਹੁਣ ਅਸੀਂ ਇਸੇ ਧੰਦੇ ਜਿਉਂ ਜੰਮੇ, ਅਸੀਂ ਇਸੇ ਕੰਮ 'ਚ। ਪਤਾ ਨਹੀਂ ਕਿਉਂ ਸਾਡੇ ਲੋਕਾਂ ਦਾ ਆਯੁਰਵੈਦਿਕ ਤੋਂ ਵਿਸ਼ਵਾਸ ਉਸ ਤਰ੍ਹਾਂ ਦਾ ਨਹੀਂ ਵੱਜ ਪਾਉਂਦਾ ਜਿਵੇਂ ਐਲੋਪੈਥੀ ਨੂੰ ਉਹ ਭੱਜ ਭੱਜ ਜਾਂਦੇ ਨੇ ਕਿ ਸਾਡਾ ਇਲਾਜ ਇੱਥੋਂ ਹੋ ਜਾਊਗਾ। ਆਯੁਰਵੈਦਿਕ ਤੋਂ ਕਿਉਂ ਪਿੱਛੇ ਹਟ ਰਹੇ ਨੇ ਸਾਡੇ ਲੋਕ? ਸਾਡੇ ਲੋਕਾਂ ਨੂੰ, ਕੁਛ ਲੋਕਾਂ ਨੂੰ ਤਾਂ ਇਹ ਸਮਝੋ ਵੀ ਸੋਝੀ ਨਹੀਂ ਵੀ ਆਯੁਰਵੈਦਿਕ ਕੀ ਹੈ। ਜਿਸ ਨੂੰ ਇਸ ਗੱਲ ਦੀ ਸੋਝੀ ਪੈ ਗਈ ਉਹ ਆਯੁਰਵੈਦ ਤੋਂ ਕਦੀ ਮੁੱਖ ਨਹੀਂ ਮੁੜੇਗਾ, ਔਰ ਆਯੁਰਵੈਦ ਤੋਂ ਬਿਨਾਂ ਕਿਸੇ ਦਾ ਕੋਈ ਛੁਟਕਾਰਾ ਨਹੀਂ ਹੋਏਗਾ। ਕੋਈ ਹੋਰ ਮੰਨ ਲਓ ਜੇ ਅਸੀਂ ਕੋਈ ਹੋਰ ਪੈਥੀਆਂ ਸਾਰੀਆਂ ਆਪਣੀ ਜਗ੍ਹਾ 'ਤੇ ਸਹੀ ਨੇ, ਜੇ ਮੰਨ ਲਓ ਐਲੋਪੈਥੀ ਦੇ ਵਿੱਚ ਕਈ CMO ਸਾਹਿਬ ਨੇ, ਰਿਟਾਇਰਡ ਸਰਦਾਰ ਗੁਰਮੇਲ ਸਿੰਘ ਜੀ, ਡਾਕਟਰ ਗੁਰਮੇਲ ਸਿੰਘ ਜੀ ਭਦੌੜ ਤੋਂ, ਉਹਨਾਂ ਦੀ ਮੈਂ ਵੀਡੀਓ ਬਹੁਤ ਸੁਣੀਆਂ ਨੇ, ਉਹ ਵੀ ਕਹਿੰਦੇ ਨੇ ਵੀ ਜੋ ਆਯੁਰਵੈਦ ਦੇ ਵਿੱਚ ਹੈ ਉਹ ਕਿਸੇ ਵੀ ਹੋਰ ਪੈਥੀ ਦੇ ਵਿੱਚ ਨਹੀਂ, ਉਹ ਵੀ ਹੁਣ ਨੈਚੁਰੋਪੈਥੀ ਦੇ ਨਾਲ ਲੋਕਾਂ ਦਾ ਇਲਾਜ ਕਰ ਰਹੇ ਨੇ। ਜੇਕਰ ਅੱਖਾਂ ਦੀ ਹੀ ਗੱਲ ਕਰੀਏ, ਕਿਉਂਕਿ ਜਦੋਂ ਕਿਸੇ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ, ਕਾਰਨ ਵੀ ਅਲੱਗ ਅਲੱਗ ਹੁੰਦੇ ਨੇ, ਕਿਸਮਾਂ ਵੀ ਅਲੱਗ ਅਲੱਗ ਹੁੰਦੀਆਂ ਨੇ, ਤੁਸੀਂ ਇਸ ਗੱਲ ਦਾ ਦਾਅਵਾ ਕਰਦੇ ਹੋ ਕਿ ਹਰ ਇੱਕ ਤਰ੍ਹਾਂ ਦੀ ਜੋ ਦਿੱਕਤ ਆਈ ਹੈ ਅੱਖ ਦੇ ਵਿੱਚ, ਰੌਸ਼ਨੀ ਚਲੀ ਗਈ ਹੈ, ਕਿਸਮ ਭਾਵੇਂ ਕੋਈ ਵੀ ਹੋਵੇ, ਕਾਰਨ ਭਾਵੇਂ ਕੋਈ ਵੀ ਹੋਵੇ, ਆਯੁਰਵੈਦਿਕ ਦੇ ਵਿੱਚ ਤੁਹਾਡੇ ਰਾਹੀਂ ਇਲਾਜ ਸੰਭਵ ਹੈ? ਅਸੀਂ ਦਾਅਵਾ ਨਹੀਂ ਕਰਦੇ, ਨਾ ਅਸੀਂ ਵਾਅਦਾ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ, ਔਰ ਸਾਡੀ ਕੋਸ਼ਿਸ਼ ਮਾਲਕ ਦੀ ਕਿਰਪਾ ਨਾਲ ਇਹ ਲਾ ਲਓ ਵੀ 95% ਸਫਲ ਹੁੰਦੀ ਆ। ਬਿਲਕੁਲ, ਜੋ ਵੀ ਮਰੀਜ਼ ਆਇਆ ਅਸੀਂ ਉੱਥੇ ਆਪਣੀ ਮਿਹਨਤ ਨਾਲ ਸਫਲ ਹੋਏ ਹਾਂ, ਕਿਉਂ ਦਾਅਵਾ ਔਰ ਵਾਅਦਾ ਤਾਂ ਕੀਤਾ ਜਾਂਦਾ ਜੀ ਅਸੀਂ ਕੋਈ ਖੁਦਾ ਹੋਈਏ, ਅਸੀਂ ਵੀ ਇੱਕ ਆਮ ਇਨਸਾਨ ਤੁਹਾਡੇ ਤਰ੍ਹਾਂ, ਅਤੇ ਅਸੀਂ ਕੋਸ਼ਿਸ਼ ਕਰ ਸਕਦੇ ਜਦ, ਪਰ ਸਾਡੀ ਕੋਸ਼ਿਸ਼ ਨੂੰ ਮਾਲਕ ਭਾਗ ਲਾਉਂਦੇ ਨੇ ਅਤੇ ਮਰੀਜ਼ ਨੂੰ ਤੰਦਰੁਸਤੀ ਮਿਲਦੀ ਹੈ। ਦੇ ਵਿੱਚ ਕਿੰਨੇ ਕੁ ਮਰੀਜ਼ ਤੁਹਾਡੇ ਕੋਲ ਆਉਂਦੇ ਨੇ? ਮਰੀਜ਼ ਤਾਂ ਬਹੁਤ ਆਉਂਦੇ ਜੀ, ਪਰ ਅਸੀਂ 50-60 ਦੇ ਕਰੀਬ ਮਰੀਜ਼ ਵੇਖੇ ਜਾ ਸਕਦੇ। ਹਾਂ, ਇਹਨੇ ਦੇਖੇ ਜਾਂਦੇ, ਤੁਹਾਨੂੰ ਪਤਾ ਫਿਰ ਹਰ ਮਰੀਜ਼ ਨੂੰ ਟਾਈਮ ਵੀ ਦੇਣਾ ਪੈਂਦਾ। ਟਾਈਮਿੰਗ ਕੀ ਹੈ ਫਿਰ ਖੁੱਲ੍ਹਣ ਦੀ? ਕਲੀਨਿਕ ਖੁੱਲ੍ਹਣ ਦਾ ਟਾਈਮ ਸਵੇਰੇ 8:30 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਦੇਖਦੇ ਹਾਂ ਜੀ, ਵੇਖਦਿਆਂ ਵੇਖਦਿਆਂ ਟਾਈਮ ਲੱਗ ਜਾਂਦਾ, ਬਟ ਮੈਂ ਸਾਰੇ ਜਿੰਨੇ ਵੀ ਅੱਖਾਂ ਦੀ ਬਿਮਾਰੀ ਤੋਂ ਪੀੜਿਤ ਭੈਣ ਭਰਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ, ਤੁਹਾਡੇ ਦੁੱਖ ਨੂੰ ਸਮਝਦਾ, ਪਰ ਮੈਂ ਮਜਬੂਰ ਹਾਂ, ਅਸੀਂ ਓਨੇ ਕੁ ਬੰਦੇ ਨੂੰ ਟਾਈਮ ਦਿੰਦੇ ਜਿੰਨੇ ਨੂੰ ਅਸੀਂ ਦੇਖ ਸਕੀਏ, ਆਏ ਗਏ ਵਾਸਤੇ ਅਸੀਂ ਫ੍ਰੀ ਚਾਹ ਦਾ ਲੰਗਰ ਵੀ ਲਾਉਂਦੇ ਹਾਂ, ਪਾਣੀ ਦਾ ਜੋ ਵੀ ਸਾਡੇ ਤੋਂ ਹੋ ਸਕੇ, ਔਰ ਉਹਨਾਂ ਦਾ ਅਰੇਂਜਮੈਂਟ ਵੀ ਚਾਹੀਦਾ। ਹੁਣ ਮੇਲਾ ਤਾਂ ਆਪਾਂ ਲਾਉਣਾ ਨਹੀਂ ਵੀ 4 ਬੰਦਾ ਸੱਦ ਲਈ ਉਹਨਾਂ ਨੂੰ ਟਾਈਮ ਨਾ ਦੇ ਸਕੀਏ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸ਼ਾਮ ਨੂੰ 6 ਤੋਂ 8 ਵਜੇ ਸਾਡਾ ਟੈਲੀਫੋਨ ਖੁੱਲ੍ਹਾ ਹੁੰਦਾ, ਜੋ 2 ਨੰਬਰ ਆ ਉਹਨਾਂ 'ਤੇ ਕਾਲ ਕਰਕੇ ਆਪਣਾ ਟਾਈਮ ਲੈ ਕੇ ਆਪਣੀ ਅਪੁਆਇੰਟਮੈਂਟ ਲੈ ਕੇ ਆਓ, ਤਾਂ ਜੋ ਅਸੀਂ ਤੁਹਾਨੂੰ ਟਾਈਮ ਦੇ ਸਕੀਏ ਅਤੇ ਤੁਸੀਂ ਆਪਣੇ ਲਈ ਆਪਣੀ ਤੰਦਰੁਸਤੀ ਵੱਲ ਜਾ ਸਕੋ।
ਜੇਕਰ ਕਿਸੇ ਤੁਹਾਡੇ ਮਰੀਜ਼ ਨੂੰ ਰਾਤ ਬਰਾਤੇ ਪ੍ਰੋਬਲਮ ਆ ਜਾਏ, ਐਮਰਜੈਂਸੀ ਹੋ ਜਾਏ, ਤਾਂ ਫਿਰ ਉਹਦੇ ਨਾਲ ਤੁਸੀਂ ਕਿਵੇਂ ਨਿਪਟਦੇ ਹੋ? ਕਿਉਂਕਿ ਤੁਸੀਂ ਕਹਿੰਦੇ ਕਿ 2 ਵਜੇ ਤੁਸੀਂ ਕਲੀਨਿਕ ਬੰਦ ਕਰ ਦਿੰਦੇ ਹੋ। ਐਮਰਜੈਂਸੀ ਵਾਲਾ ਕੋਈ ਆਪਣਾ ਕੰਮ ਨਹੀਂ ਜੀ। ਐਮਰਜੈਂਸੀ ਕਿਸੇ ਨੂੰ ਪਵੇ ਉਹ ਆਪਾਂ ਕਿਤੇ ਵੀ ਦਿਖਾ ਸਕਦਾ, ਬਟ ਐਮਰਜੈਂਸੀ ਵਾਲਾ ਕੋਈ ਇੱਦਾਂ ਦਾ ਹੈ ਨਹੀਂ। ਆਪਾਂ ਕੋਈ ਸਰਜਰੀ ਵਗੈਰਾ ਕਰਦੇ, ਸਾਡੇ ਕੋਲ ਸਭ ਮੈਡੀਸਨ ਨਾਲ ਹੀ ਇਲਾਜ ਆ। ਉਹ ਇਲਾਜ ਜੋ ਕੰਟੀਨਿਊ ਪੇਸ਼ੈਂਟ ਨੋਰਮਲੀ ਪੇਸ਼ੈਂਟ ਨੇ ਉਹ ਹੀ ਅਸੀਂ ਦੇਖਦੇ। ਮੈਡੀਸਨ ਦਾ ਫਿਰ ਕਿਵੇਂ ਜੋ ਟ੍ਰੀਟਮੈਂਟ ਹੁੰਦਾ, ਦਵਾਈ ਬੂਟੀ ਜਿਹੜੀ ਉਹ ਟ੍ਰੀਟਮੈਂਟ ਕਿਵੇਂ ਹੈ? ਉਹ ਸਾਰੀਆਂ ਆਯੁਰਵੈਦਿਕ ਜੜੀ ਬੂਟੀਆਂ ਨਾਲ ਹੈ ਜੀ। ਕੁਛ ਪਸਮਾਂ ਖਾਣ ਵਾਲੀਆਂ, ਜੇ ਆਮਲਾ ਰਸ, ਗਾਜਰ ਪਾਲਕ ਦਾ ਜੂਸ ਹੋ ਗਿਆ, ਇਹ ਦੱਸਦੇ ਹਾਂ ਪੇਸ਼ੈਂਟ ਨੂੰ ਖਾਣ ਵਾਸਤੇ, ਪੀਣ ਵਾਸਤੇ, ਅਤੇ ਅੱਖਾਂ 'ਚ ਆਈ ਡਰੋਪਸ ਨੇ ਪਾਉਣ ਵਾਸਤੇ। ਇਹ ਸਾਰੀਆਂ ਚੀਜ਼ਾਂ ਆਯੁਰਵੈਦ ਜੜੀਆਂ ਬੂਟੀਆਂ ਤੋਂ ਤਿਆਰ ਨੇ। ਕਦੇ ਕੋਈ ਇੱਦਾਂ ਦਾ ਐਕਸਪੀਰੀਅੰਸ ਵੀ ਹੋਇਆ ਡਾਕਟਰ ਸਾਹਿਬ ਕਿ ਤੁਹਾਨੂੰ ਲੱਗਿਆ ਹੋਵੇ ਵੀ ਇਸ ਮਰੀਜ਼ ਦਾ ਇਲਾਜ ਮੁਸ਼ਕਲ ਹੈ, ਪਰ ਅਸੀਂ ਕੋਸ਼ਿਸ਼ ਕਰਕੇ ਦੇਖਾਂਗੇ ਕਿ ਚਮਤਕਾਰ ਹੋ ਗਿਆ ਹੋਵੇ, ਤੁਹਾਨੂੰ ਵੀ ਉਮੀਦ ਨਾ ਹੋਵੇ ਪਰ ਫਿਰ ਵੀ ਇਲਾਜ ਹੋ ਗਿਆ ਹੋਵੇ? ਬਹੁਤ ਜੀ ਬਹੁਤ, ਰੋਜ਼ ਹੀ ਚਮਤਕਾਰ ਹੁੰਦੇ ਇਸ ਤਰ੍ਹਾਂ ਦੇ, ਮਾਲਕ ਕਿਰਪਾ ਕਰਦਾ। ਸਾਡੇ ਕੋਲ ਪੇਸ਼ੈਂਟ ਆਉਂਦਾ ਹੀ ਉਦੋਂ ਹੈ ਜੀ ਜਦੋਂ ਬਿਲਕੁਲ ਉਸਦੀ ਅੱਖਾਂ ਦਾ ਬੰਦਾ ਵੱਡੇ ਵੱਡੇ ਹਸਪਤਾਲਾਂ ਨੂੰ ਭੱਜਦਾ, ਜਦੋਂ ਉੱਥੋਂ ਜਵਾਬ ਮਿਲ ਜਾਂਦਾ ਫਿਰ ਉਹ ਕਰਦੇ ਹੈ। ਲੋਕਾਂ ਦੀ ਥਿੰਕਿੰਗ ਇਹ ਹੋ ਚੁੱਕੀ ਹੈ, ਸ਼ਾਇਦ 10 ਮੰਜ਼ਿਲਾ ਹਸਪੀਟਲ ਦੇ ਵਿੱਚ ਪਤਾ ਨਹੀਂ ਕਿਹੜਾ ਰੱਬ ਬੈਠਾ ਜਿਹੜਾ ਸਾਨੂੰ ਬਚਾ ਲਏਗਾ। ਹਾਂ, ਦੂਸਰੀ ਗੱਲ ਇਹ ਆ ਵੀ ਲੋਕਾਂ ਦੇ ਇਹ ਨਹੀਂ, ਇਕੱਲਾ ਡਾਕਟਰਾਂ ਦਾ ਕੋਈ ਕਸੂਰ ਨਹੀਂ, ਜ਼ਿਆਦਾ ਪਬਲਿਕ ਦਾ ਵੀ, ਮਰੀਜ਼ਾਂ ਦਾ ਕਸੂਰ ਹੈ। ਸ਼ੂਗਰ ਹੋ ਗਈ, ਗੋਲੀ ਨਹੀਂ ਜੀ ਲੈਣੀ। ਬੀਪੀ ਹੋ ਗਿਆ, ਟੈਬਲੇਟ ਨਹੀਂ ਲੈਣੀ ਇਹਨਾਂ ਨੇ। ਉਦੋਂ ਲੈਣੀ ਹੈ ਜਦੋਂ ਜੀ ਪੁੱਛੋ ਵੀ ਤੁਹਾਡਾ 190 BP ਹੈ, ਤੁਸੀਂ ਗੋਲੀ ਨਹੀਂ ਲੈਂਦੇ। ਮੈਨੂੰ ਜੀ ਪਤਾ ਲੱਗ ਜਾਂਦਾ ਜਦੋਂ ਮੈਂ ਗੋਲੀ ਉਦੋਂ ਲੈਂਦੇ। ਤੁਸੀਂ ਦੱਸੋ ਵੀ ਜੇ ਪਤਾ ਲੱਗਣ ਵਾਲੀ ਤੁਹਾਡੇ ਅੰਦਰ ਕਿਹੜੀ ਐਸੀ ਮਸ਼ੀਨ ਹੈ ਜਿਹੜੀ ਦੱਸ ਦਿੰਦੀ ਵੀ ਤੁਸੀਂ ਗੋਲੀ ਉਦੋਂ ਲੈਣੀ ਹੈ? ਸ਼ੂਗਰ ਜਦੋਂ 300 ਦੇ ਕਰੀਬ ਹੋ ਗਈ, ਗੋਲੀ ਉਦੋਂ ਲੈਣੀ ਹੈ। ਉਹ ਅੱਖਾਂ ਦੀ ਰੋਸ਼ਨੀ ਜਿਹੜੀ ਹੈ, ਸਿਰਫ BP ਵੀ ਬਹੁਤ ਆ ਗਵਾਉਣ ਵਾਸਤੇ, ਸ਼ੂਗਰ ਅਤੇ ਸੋਨੇ ਅਤੇ ਸੁਹਾਗ ਵਾਲੇ ਦੋਵੇਂ ਚੀਜ਼ਾਂ, ਫਿਰ ਅੱਖਾਂ ਦੀ ਰੋਸ਼ਨੀ ਬਿਲਕੁਲ ਬੰਦ ਕਰ ਦਿੰਦੀ। ਮੈਂ ਸਾਰੇ ਖਾਸ ਕਰ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਵੀ ਸ਼ੂਗਰ ਤੋਂ ਜਿੰਨਾ ਹੋ ਸਕਦਾ ਬਚੋ, ਇਸ ਦੀ ਗੋਲੀ ਖਾਓ, ਕੋਈ ਦਵਾਈ ਖਾਓ, ਕੋਈ ਹੀਲਾ ਕਰੋ, BP ਦੀ ਗੋਲੀ ਖਾਓ, ਉਸ ਤੋਂ ਬਚੋ, ਨਮਕ ਜ਼ਿਆਦਾ ਨਾ ਖਾਓ, ਤਲੀਆਂ ਚੀਜ਼ਾਂ ਨਾ ਖਾਓ, ਅਤੇ ਇੱਕ ਮੋਬਾਈਲ ਤੋਂ ਬਚੋ। ਨਹੀਂ ਤਾਂ ਮੇਰੇ ਜਿੰਨੇ ਪੰਜਾਬੀ ਭੈਣ ਭਰਾ ਛੋਟੇ ਬੱਚੇ ਮੈਂ ਦੇਖ ਰਿਹਾ, ਇਹ ਮੋਬਾਈਲ ਵੇਖ ਕੇ ਅੰਧੇਪਨ ਵੱਲ ਜਾ ਰਿਹਾ। ਡਾਕਟਰ ਸਾਹਿਬ, ਅਸੀਂ ਜ਼ਿਆਦਾ ਸਮਾਂ ਨਹੀਂ ਲਵਾਂਗੇ ਕਿਉਂਕਿ ਮਰੀਜ਼ ਵੀ ਚੈੱਕ ਕਰ ਰਹੇ ਨੇ। ਇਸ ਗੱਲ ਦਾ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਕਿ ਸਮੇਂ ਸਮੇਂ 'ਤੇ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਜ਼ਰੂਰ ਕਰਦੇ ਰਹੇ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਦੋਸਤੋ, ਨੈਚੁਰਲ ਵਿਜ਼ਨ ਲਗਾਤਾਰ ਤੁਸੀਂ ਗੱਲਬਾਤ ਕੀਤੀ ਕਿ ਮਰੀਜ਼ ਇੱਥੇ ਆਉਂਦੇ ਨੇ, ਇਲਾਜ ਉਹਨਾਂ ਦਾ ਤੁਸੀਂ ਆਪ ਹੀ ਦੇਖ ਚੁੱਕੇ ਹੋ, ਸਮਝ ਚੁੱਕੇ ਹੋ ਕਿ ਕਿੱਥੋਂ ਤੱਕ ਜੋ ਇਲਾਜ ਹੈ, ਕਿਵੇਂ ਇਲਾਜ ਹੁੰਦਾ। ਜੋ ਇਸ ਗੱਲ ਵੀ ਕਹਿੰਦੇ ਕਿ ਅਸੀਂ ਅੱਜ ਹੀ ਆਏ ਸੀ, ਡਾਕਟਰ ਸਾਹਿਬ ਕਹਿੰਦੇ ਨੇ 20 ਮਿੰਟ ਦੇ ਵਿੱਚ ਅਸਰ ਦਿਖਦਾ ਅਤੇ 20 ਮਿੰਟ ਦੇ ਵਿੱਚ ਅਸਰ ਉਹ ਦਿਖਦਾ ਵੀ ਹੈ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਸੇ ਸੁਧਾਰ 'ਤੇ। ਧੰਨਵਾਦ। ਇਫ ਯੂ ਲਾਈਕ ਦਿਸ ਵੀਡੀਓ, ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ।